ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਪੇਪਰਾਂ ਨਾਲ ਜੁੜੀ ਖਬਰ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹਾਲੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੇਪਰ ਰੱਦ ਹੋਣ ਜਾਂ ਫਿਰ ਪੇਪਰ ਹੋਣ ਬਾਰੇ ਕੋਈ ਫੈਸਲਾ ਨਹੀਂ ਲਿਆ ਹੈ ਪੰਜਾਬ ਦੇ ਸਕੂਲੀ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਵਿਜੇਂਦਰ ਸਿੰਘਲਾ ਇੱਕ ਤਰਕ ਦਿੰਦੇ ਨੇ ਉਹ ਕਹਿੰਦੇ ਨੇ ਕਿ ਜਿਹੜਾ CBSE ਦਾ ਪੈਟਰਨ ਹੋਊਗਾ ਨਤੀਜਿਆਂ ਦਾ ਕਿ ਉਹ ਅੰਕ ਕਿਵੇਂ ਦੇਣਗੇ ਕਿਵੇਂ ਮੁਲਾਂਕਣ ਕਰਨਗੇ ਵਿਦਿਆਰਥੀਆਂ ਦੀ ਪਿਛਲੀ ਪਰਫਾਰਮੈਂਸ ਨੂੰ ਉਹਨੂੰ ਅਸੀਂ ਹਲੇ ਉਡੀਕ ਰਹੇ ਹਾਂ ਕਹਿੰਦੇ ਅਸੀਂ ਵਿਦਿਆਰਥੀਆਂ ਦੇ ਨਾਲ ਧੱਕਾ ਨਹੀਂ ਹੋਣ ਦੇਣਾ ਚਾਹੁੰਦੇ ਦੇਖਾਂਗੇ ਉਹਨਾਂ ਦਾ ਪੈਟਰਨ ਕੀ ਹੈ ਜਦੋਂ ਆਜੂਗਾ ਸਾਹਮਣੇ ਜਨਤਕ ਹੋ ਜਾਊਗਾ ਫਿਰ ਅਸੀਂ ਕੋਈ ਫੈਸਲਾ ਲਵਾਂਗੇ ਕਿ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੇਪਰ ਲੈਣੇ ਹੈ ਜਾਂ ਫਿਰ ਨਹੀਂ ਲੈਣੇ ਦੇਖਣਾ ਤਾਂ ਹੈ ਕਿਉਂਕਿ ਇਹ ਨਾ ਹੋਵੇ ਕਿ ਬੱਚਿਆਂ ਦੇ ਨਾਲ ਕੋਈ ਧੱਕਾ ਹੋ ਜੇ ਪਿਛਲੀ ਪਰਫਾਰਮੈਂਸ ਕਿਸ ਹਿਸਾਬ ਦੇ ਨਾਲ ਦੇਖਣੀ ਹੈ ਕਿਵੇਂ ਉਹਨਾਂ ਦੇ ਜਿਹੜੇ ਅੰਕ ਨੇ ਜਿਹੜੇ ਉਹ ਲਾਏ ਜਾਣਗੇ ਕਿਉਂਕਿ ਇਹ ਸਾਫ਼ ਤੌਰ ਤੇ ਸਭ ਨੂੰ ਪਤਾ ਹੈ ਕਿ ਪੱਕੇ ਪੇਪਰਾਂ 'ਚ ਵਿਦਿਆਰਥੀ ਜਿੰਨੀ ਤਿਆਰੀ ਕਰਦੇ ਨੇ ਓਨੀ ਕੱਚੇ ਪੇਪਰਾਂ 'ਚ ਨਹੀਂ ਕਰਦੇ ਜ਼ਿਆਦਾਤਰ ਵਿਦਿਆਰਥੀ ਆਪਾਂ ਕਹਿ ਲਈਏ 50 ਤੋਂ 60% ਵਿਦਿਆਰਥੀ ਕੱਚੇ ਪੇਪਰਾਂ 'ਚ ਇੰਨੀ ਤਿਆਰੀ ਨਹੀਂ ਕਰਦੇ ਕਈਆਂ ਦੇ ਹਾਲਾਤ ਨਹੀਂ ਹੁੰਦੇ ਕਈ ਓਦਾਂ ਮਤਲਬ ਮਨ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਪੜਦੇ ਹੀ ਉਦੋਂ ਨੇ ਜਦੋਂ ਪੱਕੇ ਪੇਪਰਾਂ ਦੀ ਹੋਦੀ ਹੁੰਦੀ ਹੈ ਸੋ ਇਹ ਹੁਣ ਸਾਫ ਹੋ ਗਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਜਿਹੜੇ ਵਿਦਿਆਰਥੀ ਪੜ੍ਹਦੇ ਨੇ ਰੋਜ਼ਾਨਾ ਸਾਨੂੰ ਵੀ ਪੁੱਛਦੇ ਰਹਿੰਦੇ ਨੇ ਕਿ ਪੇਪਰਾਂ ਬਾਰੇ ਕੋਈ ਜਾਣਕਾਰੀ ਦਿਓ ਤੇ ਹਾਲੇ ਤੱਕ ਇਹੀ ਜਾਣਕਾਰੀ ਹੈ ਕਿ ਕੋਈ ਫੈਸਲਾ ਨਹੀਂ ਹੋਇਆ